ਅਸੀਂ ਲੱਭਦੇ ਫਿਰਦੇ ਸੀ ਵੀ ਕਿੱਥੇ ਗੁੜ ਬਣਦਾ ਹੋਵੇ ਤੇ ਅਸੀਂ ਵੀ ਜਾ ਕੇ ਗੁੜ ਖਾਈਏ। ਤੇ ਫਿਰ ਅਸੀਂ ਥੋੜਾ ਜਿਹਾ ਬਾਹਰ ਖੇਤਾਂ ਨੂੰ ਨਿਕਲੇ ਤੇ ਅਸੀਂ ਵੇਖਿਆ ਇੱਕ ਜਗ੍ਹਾ ਗੁੜ ਬਣਦਾ ਪਿਆ ਸੀ ਤੇ ਅਸੀਂ ਫਿਰ ਗਏ ਉੱਥੇ। ਉਹਨਾਂ ਖੈਰ ਬਹੁਤ ਵਧੀਆ ਇਸਤਕਬਾਲ ਕੀਤਾ ਸਾਡਾ ਤੇ ਨਾਲ ਸਾਨੂੰ ਜਨਾਬ ਖੁਸ਼ਾਮਦੇਦ ਕੀਆ ਤੇ ਸਾਨੂੰ ਰਸ ਪਿਆਇਆ, ਤਾਜ਼ਾ ਰਸ ਪਿਆਇਆ, ਨਾਲ ਸਾਨੂੰ ਗੁੜ ਵੀ ਖਵਾਇਆ। ਅਸੀਂ ਗੁੜ ਥੋੜਾ ਜਿਹਾ ਖਰੀਦਿਆ ਵੀ ਘਰ ਵਾਸਤੇ ਤੇ ਬਾਕੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਰੀ ਵਿਲਾਗ ਵਿੱਚ ਦੇਖੋ ਵੀ ਅਸੀਂ ਉੱਥੇ ਕਿੰਨਾ ਇੰਜੋਏ ਕੀਤਾ। ਅਗਰ ਤੁਸੀਂ ਵੀ ਇੰਜੋਏ ਕੀਤਾ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰਨਾ, ਬੜੀ ਮਿਹਰਬਾਨੀ ਹੋਏਗੀ। ਅਸਲਾਮ ਅਲੈਕੁਮ। ਇਹ ਜੀ ਤੁਹਾਡਾ ਕੱਟਾ ਖਲੋਤਾ, ਠੀਕ ਹੈ। ਇਹਦੇ ਉੱਤੇ ਗੰਨੇ ਵੱਢ ਕੇ ਲੈ ਕੇ ਆਉਂਦੇ ਆ, ਜਾਂ ਇਹ ਜਿਹੜਾ ਫੋਗ ਨਿਕਲਿਆ ਪਿਆ ਨਾ, ਠੀਕ ਹੈ, ਇਹ ਇਹਦੇ ਉੱਤੇ ਲੱਦ ਕੇ ਲੈ ਜਾਂਦੇ ਨੇ। ਇਹ ਜਲਾਉਣ ਦੇ ਵੀ ਕੰਮ ਆਉਂਦਾ, ਠੀਕ ਹੈ, ਅਤੇ ਇਹਨੂੰ ਚਾਰੇ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ। ਇਹ ਗੰਨੇ ਕੱਟ ਕੇ ਇਹ ਵੇਲਣਾ ਲੱਗਾ, ਠੀਕ ਹੈ, ਇਹ ਵੇਲਣਾ ਲੱਗਾ ਅਤੇ ਇਹ ਵਿੱਚ ਖੋਦ ਕੇ ਜਗ੍ਹਾ ਅਤੇ ਕੰਟੇਨਰ ਰੱਖੇ ਨੇ ਅਤੇ ਇਹਨਾਂ ਕੰਟੇਨਰਾਂ ਦੇ ਵਿੱਚ ਰਸ ਜਿਹੜਾ ਨਾ ਵੇਲਣੇ 'ਚੋਂ ਇਹਨਾਂ ਕੰਟੇਨਰਾਂ 'ਚ ਜਾ ਰਿਹਾ, ਠੀਕ ਹੈ। ਇਹ ਟਰੈਕਟਰ ਨਾਲ ਇਹਨੂੰ ਚਲਾਇਆ ਜਾ ਰਿਹਾ, ਟਰੈਕਟਰ ਨਾਲ ਪਾਵਰ ਦੇ ਕੇ, ਠੀਕ ਹੈ। ਇਹ ਬੱਚੇ ਸਵਾਦ ਤਾਜ਼ਾ ਜਿਹੜਾ ਹੈ ਰਸ ਪੀ ਰਹੇ ਨੇ। ਇਹ ਦੇਖੋ ਜੀ, ਹਾਂਜੀ, ਕਿਹੋ ਜਿਹਾ ਲੱਗ ਰਿਹਾ ਜੀ ਤੁਹਾਨੂੰ? ਮਿੱਠਾ ਬਹੁਤ ਹੈ, ਫਰੈਸ਼ ਹੈ, ਦਿਖਾਓ ਜ਼ਰਾ। ਨਹੀਂ, ਫੁੱਲੀ ਔਰਗੈਨਿਕ ਆ, ਇਹ ਦੇਖੋ ਜੀ, ਮਿੱਠਾ ਲੱਗ ਰਿਹਾ। ਸ਼ੁੱਧ, ਬਹੁਤ ਹੀ ਇੰਜੋਏ, ਬਹੁਤ ਹੀ ਮਜ਼ੇਦਾਰ ਹੈ। ਇਸਕੋ ਰੱਖੋ, ਮੈਂ ਪੀਤਾ। ਇਹ ਖੂਹ ਆ ਬੱਚੋ, ਇਹ ਖੂਹ ਤੋਂ ਜ਼ਰਾ ਧਿਆਨ ਨਾਲ ਇੱਧਰ ਨਾ ਲੁੜਕ ਕੇ ਡਿੱਗ ਪੈਣਾ, ਠੀਕ ਹੈ। ਅੱਛਾ ਜੀ, ਜਦੋਂ ਰਸ ਇੱਥੋਂ ਨਿਕਲ ਜਾਂਦਾ ਨਾ ਤਾਂ ਫਿਰ ਲੈ ਕੇ ਜਾਂਦੇ ਆ ਇੱਥੇ ਇਹ ਕੜਾਈ ਚ, ਉਹ ਲੈ ਲਓ ਬੇਟਾ। ਨਹੀਂ ਬਸ, ਅੱਛਾ ਜੀ, ਇਹ ਦੇਖੋ ਇੱਥੇ ਅੱਗ ਜਲਾਈ ਹੋਈ ਹੈ, ਇੱਥੇ ਅੱਗ ਜਲਾਈ ਹੈ। ਇਹ ਭੱਠੀ ਹੈ ਜਿਹਦੇ ਚੋਂ ਧੂੰਆਂ ਨਿਕਲ ਰਿਹਾ, ਠੀਕ ਹੈ। ਹਾਂਜੀ, ਇੱਥੋਂ ਦੇ ਪਲੇ ਵੈਸੇ ਆ ਯਾਰ। ਅਸਲਮ ਬਾਈ ਕੀ ਕਾਲ ਆ ਰਹੀ, ਕਾਲ ਕਰੋ ਉਨਕੀ। ਇਹ ਦੇਖੋ ਇਹਦੇ ਵਿੱਚ ਇਹ ਜਿਹੜੀ ਮਕਈ ਹੈ ਉਹਦੇ ਟਾਂਡੇ ਨੇ, ਠੀਕ ਹੈ, ਉਹਦੇ ਤਨੇ ਨੇ ਸੁਕਾ ਕੇ ਰੱਖੇ ਨੇ, ਇਹ ਵੀ ਇਸਤੇਮਾਲ ਹੋ ਜਾਂਦੇ ਨੇ। ਜਿਹੜਾ ਇਹਦਾ ਗੰਨੇ ਦਾ ਫੋਗ ਹੈ ਉਹ ਵੀ ਬਾਲਣ ਦੇ ਇੰਧਨ ਦੇ ਤੌਰ 'ਤੇ ਫਿਊਲਿੰਗ ਲਈ ਇਸਤੇਮਾਲ ਹੁੰਦਾ, ਠੀਕ ਹੈ। ਇਹ ਇੱਧਰ ਫਿਊਲ ਇੱਥੋਂ ਪਾਉਂਦੇ ਨੇ, ਠੀਕ ਹੈ, ਜਿਹੜੀ ਕਿ ਇਹ ਇੱਥੇ ਰਸ ਨਿਕਲਦਾ, ਠੀਕ ਹੈ, ਇੱਥੇ ਰਸ ਨਿਕਲਦਾ। ਇਹ ਰਸ ਜਿਹੜਾ ਗਰਮ ਕੀਤਾ ਜਾਂਦਾ, ਠੀਕ ਹੈ, ਥੱਲੇ ਅੱਗ ਬਲ ਰਹੀ ਹੈ, ਠੀਕ ਹੈ। ਫਿਰ ਇਹ ਜਿਹੜੀ ਮਹਿਲ ਹੈ ਨਾ ਇਹਨੂੰ ਛਾਣ ਕੇ ਪੀਪੇ ਚ ਇਹ ਕੰਟੇਨਰ ਚ ਪਾ ਲਈ ਦੀ ਹੈ, ਠੀਕ ਹੈ, ਰਸ ਕੱਢ ਲਈਦਾ ਜੀ। ਅੱਛਾ ਜੀ, ਰਸ ਕੱਢ ਲਈਦਾ ਵਾ, ਰਸ ਕੱਢ ਕੇ ਜਨਾਬ ਫਿਰ ਬਾਹਰ ਛੱਡ ਲਈਦਾ ਇੱਧਰ। ਅੱਛਾ, ਇਹਨੂੰ ਹਾਂਜੀ ਫਿਰ ਇੱਥੇ ਲਿਆ ਕੇ ਰੱਖ ਦਿੰਦਾ। ਹਾਂ, ਇਹ ਮੈਂ ਇਹ ਜ਼ਾਇਆ ਫਿਰ, ਹਾਂਜੀ ਇਹ ਜ਼ਾਇਆ, ਉਹ ਦੇਖੋ ਇਹ ਛਾਣ ਕੇ, ਹਾਂਜੀ ਸਾਫ ਕਰਕੇ ਛਾਣ ਕੇ ਤੇ ਇਹ ਪਾਈ ਹੈ। ਜਿਹੜੀ ਬਾਕੀ ਮਾਂਦਾ ਉੱਤੇ ਚਿੰਮੜ ਜਾਂਦੀ ਨਾ ਉਹਨੂੰ ਇਹ ਇਸੇ ਨਾਲ ਹੀ ਨਾ ਇਹ ਫਿਰ ਸਫਾਈ ਕਰ ਦਈਦੀ, ਸਫਾਈ ਕਰਕੇ ਫਿਲਟਰ ਕਰ ਲਈਦਾ, ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਛਾਣਿਆ ਜਾਂਦਾ ਫਿਰ ਇਹ ਇਸ
ਕੰਟੇਨਰ ਦੇ ਨਾਲ ਇਹਨੂੰ ਚੁੱਕ ਕੇ ਉਹਦੇ ਵਿੱਚ ਪਾਉਂਦੇ ਨੇ ਗਰਮ ਨੂੰ, ਇਹਨੂੰ ਮਤਲਬ ਕਿ ਪਕਾਈਦਾ ਜੀ। ਹਾਂ ਇਹਨੂੰ ਪਕਾ ਕੇ ਰਸ ਪੱਕ ਰਿਹਾ ਇਹਨੂੰ ਕਢਾਇਆ ਕਹਿੰਦੇ ਨੇ, ਇੱਕ ਘੰਟਾ ਡੇਢ ਇਹਨੂੰ ਲੱਗਦਾ, ਘੰਟਾ ਪੌਣਾ ਘੰਟਾ ਜੀ ਲੱਗਦਾ ਇਹਨੂੰ ਪੱਕਣ ਨੂੰ। ਪੱਕ ਜਾਂਦੀ ਆ, ਪੱਕਣ ਤੋਂ ਬਾਅਦ ਇਹਨੂੰ ਫਿਰ ਗੰਢ ਕੱਢੀ ਦਾ। ਇਹਦੀ ਪਹਿਲੇ ਮੈਲ ਕੱਢਦੇ ਨੇ, ਇਹ ਜਿਹੜੀ ਉੱਤੇ ਉੱਤੇ ਝੱਗ ਗਈ ਹੈ, ਠੀਕ ਹੈ, ਇਹ ਸਫਾਈ ਹੋ ਜਾਂਦੀ, ਇਹਦੀ ਸਫਾਈ ਕਰਾਂਗੇ ਨਾ। ਹਾਂ ਸਫਾਈ ਕਰਨ ਤੋਂ ਬਾਅਦ ਫਿਰ ਇਹ ਪੱਕੇਗੀ। ਹਾਂਜੀ ਪੱਕਣ ਤੋਂ ਬਾਅਦ ਪੌਣਾ ਘੰਟਾ ਲਾਇਓ, ਘੰਟਾ ਲਾਇਓ, ਘੰਟੇ ਤੋਂ ਬਾਅਦ ਫਿਰ ਅਸੀਂ ਬਾਹਰ ਕੱਢਾਂਗੇ। ਬਾਹਰ ਕੱਢ ਕੇ ਫਿਰ ਰੰਬੇ ਦੇ ਨਾਲ ਹਿਲਾਵਾਂਗੇ। ਹਾਂ ਫਿਰ ਰਸਤਾ ਸਾ ਗੁੜ ਬਣਦਾ ਜਾਂ ਜੰਮਦੀ ਜਾਏਗੀ, ਉਸ ਤੋਂ ਬਾਅਦ ਫਿਰ ਜਿੱਦਾਂ ਤੁਹਾਡੇ ਸਾਹਮਣੇ ਆ ਜੀ ਇਹਦਾ ਨਤੀਜਾ ਜਿਹੜਾ ਨਿਕਲਿਆ ਜੀ। ਹਾਂਜੀ ਬਿਲਕੁਲ ਸਹੀ। ਤੁਹਾਡਾ ਨਾਂ ਕੀ ਹੈ ਜਨਾਬ? ਡੇਰਾ ਜੀ ਮੁਹੰਮਦ ਅਸ਼ਰਫ ਜੀ। ਅੱਛਾ ਸਹੀ। ਤੁਹਾਡਾ ਹੈਗਾ ਹੈ? ਭਾਈ ਅਕਬਰ ਅਲੀ ਜੀ। ਅੱਛਾ ਜੀ ਸਹੀ। ਭਾਈ ਜਨੂਬਕਾਰ ਆ ਜੀ। ਸਹੀ। ਇਹ ਭਾਈ ਮਜ਼ਰ ਬੈਠੇ ਜੀ। ਸਹੀ। ਇਹ ਤੁਹਾਡਾ ਆਪਣਾ ਹੈ? ਜੀ ਆਪਣਾ ਆਪਣਾ। ਸਹੀ ਮਾਸ਼ਾਅੱਲਾ ਜੀ, ਅੱਲਾ ਤਾਲਾ ਬਰਕਤਾਂ ਪਾਵੇ, ਆਮੀਨ ਜੀ ਆਮੀਨ, ਇੱਜ਼ਤ ਦੇਵੇ ਭਾਈ। ਰਸ ਪੈਣਾ ਹੋ ਪੀ ਲਓ। ਬਸ ਜਜ਼ਾਕੱਲਾ ਉੱਤੇ ਮੁੱਕਦੇ ਜਾਂਦੇ ਆ। ਹਾਂ ਮਿਹਰਬਾਨੀ, ਪੀ ਲਿਆ ਰਸ, ਸਾਡੇ ਵਾਸਤੇ ਇੰਨਾ ਹੀ ਬਹੁਤ ਹੈ। ਹਾਂਜੀ ਜਿੰਨੀ ਝੱਗ ਗਈ ਨਾ ਮੈਲ, ਇਹ ਉੱਪਰ ਨੂੰ ਆ ਜਾਂਦੀ, ਫਿਰ ਇਹਨੂੰ ਸਾਫ ਕਰ ਲੈਂਦੇ ਨੇ। ਬਾਲੇ ਖਾਨੇ ਲੱਗਿਆ ਬੋਇਲ ਹੋ ਰਿਹਾ, ਔਰ ਇਹ ਮੈਲ ਵੇਸਟ ਹੈ ਨਾ, ਵੋ ਉਤਾਰ ਰਹੇ ਉਤਾਰ ਤੂੰ ਆ ਬੈਠ ਮੈਲ ਲੱਗਦੀ ਪੀ ਵਿੱਚ ਅਧੂਰਾ ਵਿੱਚ ਰੱਖ ਦੇ। ਜੈਸੇ ਜੈਸੇ ਯੇ ਉੱਪਰ ਸੇ ਛਾਨ ਲੇਂਗੇ ਨਾ, ਤੋ ਵੈਸੇ ਵੈਸੇ ਯੇ ਇਸਕੇ ਉੱਪਰ ਸੇ ਯੇ ਉਧਰ ਲੱਗੀ ਹੋਈ ਹੈ। ਲੈ ਲੋ ਜਲਦੀ ਉਤਾਰੋ, ਜੋ ਡਲੀ ਪਾਈ ਨਾ ਡਲੀ ਸੋਡੇ ਨਾਲ ਖਾਰ ਕੀ ਆ, ਇਸ ਵੀ ਸਾਫ ਹੋ ਜਾਏ। ਹਾਂ ਦੇਣੇ ਹੋ ਖਾਯਾ ਨੀ ਨਾ ਕਭੀ, ਡਾਈਜੈਸਟਿਵ ਸਿਸਟਮ ਤੇਜ਼ ਹੋ ਜਾਏਗਾ, ਮਿੱਠਾ ਹੋਤਾ ਨਾ, ਵੈਸੇ ਤੋ ਕੁਛ ਨਹੀਂ ਹੋਤਾ। ਇਹ ਦੇਖੇ ਜੈਸੇ ਜੈਸੇ ਵੋ ਸਾਫ ਹੋ ਰਹਾ ਨਾ ਨੀਚੇ ਸੇ, ਮਿੱਠਾ ਜੋ ਹੈ ਇਸਕਾ ਰਸ ਜੋ ਹੈ ਵੋ ਗਰਮ ਗਰਮ ਸਾਫ ਔਰ ਕਲੀਅਰ ਜੋ ਹੈ ਨਾ ਵੋ ਹੋ ਰਿਹਾ ਹੈ। ਵੋ ਦੇਖੇ ਵੋ ਕੈਮੀਕਲ ਡਾਲ ਰਹੇ ਹੈ ਇਸਮੇ, ਕੈਮੀਕਲ ਤੋ ਨਹੀਂ ਹੈ, ਸੋਡਾ ਹੈ ਯੇ, ਯੇ ਕੌਨ ਸਾ ਸੋਡਾ ਹੋਤਾ ਹੈ, ਮਿੱਠਾ ਸੋਡਾ। ਨਹੀਂ ਬੇਟੇ ਬਸ ਬਸ ਕਰੋ, ਅਬ ਔਰ ਨਾ ਲੈਣਾ ਬੇਟੇ, ਇਸ ਔਰ ਲੈਣਾ ਆਪਨੇ ਬਸ। ਅੱਛਾ ਠੀਕ ਹੈ, ਹਾਂ ਹੈ ਇਹਨੂੰ ਪੀ ਲਓ, ਸੁੱਟੋ ਨਾ ਇਹਨੂੰ। ਉਹ ਕਮਾਦ ਲੱਗਾ ਜੀ, ਠੀਕ ਹੈ, ਇੱਧਰ ਵੀ ਕਮਾਦ ਲੱਗਾ। ਫਿਰ ਇਹਦਾ ਸਹੀ ਰੇਟ ਨੀ ਲੱਗਦਾ, ਇਸ ਵਜ੍ਹਾ ਨਾਲ ਵੀ ਲੋਕ ਨਹੀਂ ਕਰਦੇ ਇਹਨੂੰ ਕਾਸ਼ਤ। ਆਲੂ ਮੱਕੀ ਸਹੀ, ਇਹ ਜਿੰਨਾ ਕਮਾਦ ਤੁਹਾਨੂੰ ਨਜ਼ਰ ਆ ਰਿਹਾ ਇਹ ਸਿਰਫ ਸ਼ੌਕੀਆ ਜਾਂ ਜ਼ਰੂਰਤ ਵਾਸਤੇ ਜਿਹੜਾ ਨਾ ਕਿ ਆਪਣੇ ਘਰ ਵਾਸਤੇ ਜਿਹੜਾ ਜ਼ਰੂਰਤ ਵਾਸਤੇ ਇਹ ਲੋਕ ਉਗਾਉਂਦੇ ਨੇ, ਤੇ
बहुत ही जबरदस्त है। ट्रैक्टर हुण बंद हो गया, गन्ने खत्म हो गए ने। आखरी जिहड़ा पूर आखरी राउंड चल रहा इत्थे है हुण इहनू जनाब इह हुण इत्थे हां एक मैल ओ नहीं हैगी कि जिहड़ी कोई जरासीम होण। दरअसल इहदा जिहड़ा कलर ना है उहनू ज्यादा फिल्टर करन वास्ते हैगी, वरना इह कोई गंद नहीं हैगा। नहीं 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 हां हां जी सारी आएगी सही। एनू जिदा चुक लो कपड़े धोने जो उबलेगी जनाब छान लिता जाएगा, छानना पिया ठीक है। फिर ਜਿਹੜਾ ਕਨਸਤਰ ਹੈ ਪੀਪਾ ਹੈ ਕੰਟੇਨਰ ਹੈ ਇਹਦੇ ਵਿੱਚ ਪਾ ਦੇਣਗੇ, ਫਿਰ ਇਹ ਸਾਫ਼ ਹੋ ਜਾਏਗਾ। ਸਾਫ਼ ਹੋ ਕੇ ਤੇ ਫਿਰ ਇਹਦੇ ਵਿੱਚ ਪਾਣਗੇ। ਇਹਦੇ ਵਿੱਚ ਥੋੜਾ ਜਿਹਾ ਜਦੋਂ ਆਠਰ ਜਾਏਗਾ ਨਾ ਹਲਕਾ ਜਿਹਾ ਕਲਰ ਪਕੜ ਲਏਗਾ ਆਪਣਾ, ਤੇ ਫਿਰ ਇਹਨੂੰ ਜਿਹੜਾ ਨਾ ਉਹ ਫਾਰਮੂਲੇ ਵੀ ਹੈਗੇ ਜੀ। ਹਾਂ ਉਹ ਫਾਰਮੂਲੇ ਹਾਂਜੀ ਸੋਹਣਾ ਲੱਗੇ। ਦੇਖੋ ਇਹਦੇ ਚ ਸ਼ਾਈਨ ਕਿੱਡੀ ਆ ਰਹੀ ਹੈ, ਮੈਂ ਤੁਹਾਨੂੰ ਕਰੀਬ ਹੋ ਕੇ ਦਿਖਾਨਾ। ਬੱਚੇ ਸਾਡੇ ਬਹੁਤ ਇਹਨੂੰ ਇੰਜੋਏ ਕਰ ਲੈ ਰਹੇ। ਇੱਥੇ ਸੁਰਾਖ ਵੀ ਹੈਗੇ ਕਾਫੀ, ਜਿੰਦੇ ਜਿੰਦੇ ਓਲੇ ਜਾਂ ਚੂਹੇ ਜਾਂ ਸੱਪ ਹੁੰਦੇ ਨੇ ਜਿਹੜੇ ਗੰਨਿਆਂ ਨੂੰ ਲਾਈਵ ਹੀ ਇੰਜੋਏ ਕਰਦੇ। ਅਸੀਂ ਅੱਗੇ ਵੇਖੇ ਨੇ ਉਹ ਪਰਲੇ ਕਮਾਨ 'ਚ ਦੋ ਨੇਓਲੇ ਲਗੇ ਫਿਰਦੇ ਸੀ, ਉਹ ਸਾਨੂੰ ਵੇਖ ਕੇ ਨਾ ਅਤੇ ਪਹਿਲੇ ਦੇਖਦੇ ਰਹੇ ਨੇ ਵੀ ਕੀ ਗੱਲਾਂ ਕਰਦੇ ਨੇ ਖਲੋ ਕੇ ਨਾ, ਅਤੇ ਉਸ ਤੋਂ ਬਾਅਦ ਜਨਾਬ ਉਹ ਨੱਸ ਗਏ। ਇਹ ਦੇਖੋ ਇਹਦੇ ਉੱਤੇ ਸ਼ਾਈਨਿੰਗ ਜੀ, ਦੇਖੋ ਕੈਸੀ ਪਿਆਰੀ ਹੈ, ਕ੍ਰਿਸਟਲ ਵਰਗੀ ਸ਼ਾਈਨਿੰਗ ਹੈ ਇਹਦੇ ਉੱਤੇ ਠੀਕ ਹੈ। ਬੜਾ ਸੋਹਣਾ ਲੱਗਦਾ ਤੈਨੂੰ ਵੇਖ ਕੇ ਨਾ, ਸੋਹਣੇ ਨੂੰ ਜਿਹੜਾ ਬੰਦਾ ਦਿਲ ਕਰਦਾ ਖਾਈਏ ਵੀ ਤੇ ਗਾਹਕ ਬੜੇ ਪੈਂਦੇ ਜੀ। ਹਾਂਜੀ ਗਾਹਕ ਵੀ ਇਹਨੂੰ ਜਿਹੜਾ ਨਾ ਰੱਜ ਕੇ ਪੈਂਦੇ ਨੇ। ਅੱਛਾ ਇਹ ਜਿਹੜਾ ਨਾ ਜ਼ਿਆਦਾ ਨਹੀਂ ਖਾਇਆ ਜਾ ਸਕਦਾ, ਜਿਹੜੇ ਆਮ ਬੰਦੇ ਜਿਹੜੇ ਨਹੀਂ ਖਾ ਸਕਦੇ ਨਾ ਭਾਜੀ, ਪਚਣ ਵਾਸਤੇ ਵੀ ਇਹਨੂੰ ਮੈਦਾ ਸਹੀ ਚਾਹੀਦਾ। ਜਿਹੜੇ 40-50 ਸਾਲ ਪਹਿਲੇ ਹਾਂਜੀ ਜਿਹੜੇ ਬਜ਼ੁਰਗ ਸੀ ਨਾ ਹਾਂਜੀ, ਉਹ ਤਿੰਨ ਤਿੰਨ ਚਾਰ ਚਾਰ ਜਿਹੜੀ ਨਾ ਦਰੀਆਂ ਜੀਆਂ ਖਾ ਪੇਸੀਆਂ, ਇਹਨੂੰ ਪੇਸੀ ਕਹਿੰਦੇ ਨਾ, ਹਾਂਜੀ ਪੇਸੀ ਕਹਿੰਦੇ, ਇਹ ਖਾ ਜਾਂਦੇ ਸੀਗੇ ਸਹੀ। ਇਸ ਵੇਲੇ ਤੁਸੀਂ ਅਸੀਂ ਨਾ ਇੱਕ ਦੋ ਥੋੜਾ ਜਿਹਾ ਖਾਵਾਂਗੇ ਨਾ ਪੇਟ ਚ ਵਾੜ ਸ਼ੁਰੂ ਹੋ ਜਾਏਗੀ। ਇਸ ਤੋਂ ਬੱਚੇ ਜਿਹੜੇ ਨਾ ਬਹੁਤ ਘੱਟ ਖਾਂਦੇ ਆ, ਬਹੁਤ ਘੱਟ ਖਾਂਦੇ ਆ ਬਿਲਕੁਲ, ਕਿਉਂਕਿ ਇਹ ਤੁਸੀਂ ਚਾਹ ਚ ਪਕਾ ਕੇ ਕਿ ਸੁਬਹਾ ਇੱਕ ਰੋੜੀ ਸਟੋਗੀ ਨਾ ਚਾਹ ਦੇ ਵਿੱਚ, ਚਾਹ ਦੀ ਜਿਹੜਾ ਬੜੀ ਲਜ਼ਤ ਪਿਆਰੀ ਹੈ, ਬੜੀ ਲਜ਼ਤ ਇਹਦਾ ਲਹਿਦਾ ਹੀ ਜ਼ਾਇਕਾ ਜ਼ਾਇਕਾ ਜੀ ਔਰਗੈਨਿਕ ਜ਼ਾਇਕਾ ਹੈ। ਤੇ ਗੁੜ ਦਾ ਤੇ ਚੀਨੀ ਦਾ ਫਿਰ ਤੁਹਾਨੂੰ ਪਤਾ ਹੀ ਹੈ, ਚੀਨੀ ਆਪਣੀ ਜਗ੍ਹਾ ਗੁੜ ਮਾਸ਼ਾਅੱਲਾ, ਜਿੰਨਾ ਗੁੜ ਓਨਾ ਮਿੱਠਾ ਓਨਾ ਮਿੱਠਾ। ਖਾਣ ਕੀ ਮਿੱਠੀ ਸੀ ਜਦੋਂ ਅਸੀਂ ਲਾਈ ਫਾਸਟ ਫੂਡ ਖਾਣਾ ਸਾਰੀ ਨਮਕੀਨ ਮਿਰਚ ਵਾਲੀ ਨਮਕੀਨ ਪਠਾਨ ਜਿਹੜੇ ਨਾ ਇਹਦੇ ਵਿੱਚ ਜਿਹੜੇ ਨੇ ਨਾ ਡਰਾਈ ਫਰੂਟ ਪਾ ਕੇ ਤੇ ਇਹਦਾ ਉਹ ਬੜਾ ਜ਼ਬਰਦਸਤ ਚੀਜ਼ ਬਣਾਉਂਦੇ ਨੇ, ਚੀਜ਼ਾਂ ਬਣਾਉਂਦੇ ਜੀ ਹਾਂਜੀ, ਉਹ ਫਿਰ ਬੜੇ ਮਜ਼ੇਦਾਰ ਦੁਨੀਆ ਖਾਂਦੀ ਮੂੰਗਫਲੀ ਇਸ ਤਰ੍ਹਾਂ ਦੇ ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਤੋ ਲੋਕ ਵੇਚਦੇ ਨੇ। ਮਹਿਮੰਦੋ ਲੈ ਲੂੰ ਪੈਸੇ ਕਿਲੋ ਲੈ ਲੈਤੇ ਕਿਸ ਤਰ੍ਹਾਂ ਕਿਲੋ ਦੇ ਰਹੇ ਘਰ ਕੇ ਲਈ ਬਣਾਇਆ ਪੁੱਛ ਲੈ ਉਨਸੇ ਹਾਂ ਇੱਕ ਵਾਰ ਦੇਤੇ ਹੈ ਤੋ ਮੈਂ ਇੱਕ ਦੋ ਲੈ ਲੂੰ ਇਸਮੇ ਸੇ ਲੈ ਲੋ ਨਹੀਂ ਤੋ ਹਮ ਫਰੀਦ ਲੈਤੇ ਹੈ ਕਿਲੋ ਕਿਸ ਤਰ੍ਹਾਂ ਦੇਤੇ ਹੈ ਕੋਈ ਬਾਤ ਨਹੀਂ ਕਿਨੋ ਬਾਇਨ ਦੋ ਕਿਸ 200 ਰੁਪਏ ਕਿਲੋ ਹੈ ਜੀ ਹਾਂ ਤੋ ਕਿਲੋ ਦੇ ਦੇ ਆਪ ਹਮ ਜ਼ਰਾ ਹਮੇ ਅਗਰ ਵੇਚ ਸਕਤੇ ਹੈ ਤੋ ਵੋ ਤੋ ਠੀਕ ਹੈ ਹਮਾਰੇ ਪਾਸ ਹੈ ਹੀ ਨਹੀਂ ਬਈ ਅੱਛਾ ਹੈ ਥੋੜਾ ਯੇ ਜੋ ਹੈ ਨਾ ਵੋ ਜ਼ਰਾ ਆਪਣਾ ਟੂਲ ਦਿਖਾਏ ਉਹ ਪੇਸੀ ਬਣਾਉਣੇ ਵਾਲਾ ਹਾਂ ਯੇ ਇਹਨਾਂ ਨੇ ਟੂਲ ਬਣਾਇਆ ਵਾ
इससे जब वो वहां पे तय लगती है ना, जी पर ये थोड़ा सा हो जाता है, जमने लगता है, तो फिर इसको ना पीछे से पुश करते हैं, ठीक है, पुश करने से फिर ये इस तरह की चीज बन जाती है। ये लो यार गिलास, टाइम नाल फर्क ही अभी कैमरा बंद करते हैं थोड़ी देर में, ये उबाल उबलेगा ना तो फिर हम आपको दिखाएंगे कि ये इस पेसी कैसे बनती है। एक किलो भाजी।